ਸਿਵਲ ਹਸਪਤਾਲ ਦੇ ਅੰਦਰ ਖੜੀ ਇੱਕ ਐਂਬੂਲੈਂਸ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਆਲੇ ਦੁਆਲੇ ਖੜੇ ਲੋਕਾਂ ਨੂੰ ਭਾਜੜਾ ਪੈ ਗਈਆਂ, ਕਿਉਂਕਿ ਸਿਵਲ ਹਸਪਤਾਲ ਦੇ ਅੰਦਰ ਇਹ ਐਂਬੂਲੈਂਸ ਖੜੀ ਸੀ ਜੋ ਕਿ ਕਿਸੇ ਦੀ ਵੀ ਜਾਨ 'ਤੇ ਭਾਰੀ ਪੈ ਸਕਦੀ ਸੀ। ਤਾਂ ਦੱਸ ਦਈਏ ਕਿ ਚਾਲਕ ਜੋ ਹੈ ਅੰਦਰ ਬੈਠ ਕੇ ਇਸਦੇ ਬੀੜੀ ਪੀ ਰਿਹਾ ਸੀ। ਬੀੜੀ ਦੀ ਚੰਗਿਆੜੀ ਦੇ ਨਾਲ ਕਿਹਾ ਜਾ ਰਿਹਾ ਕਿ ਜੋ ਐਂਬੂਲੈਂਸ ਦੀ ਪਿਛਲੀ ਸੀਟ ਹੈ ਉਸਦੇ ਉੱਪਰ ਅੱਗ ਲੱਗ ਜਾਂਦੀ ਹੈ, ਅਤੇ ਅੱਗ ਲੱਗਣ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਸਿਵਲ ਹਸਪਤਾਲ ਦੇ ਅੰਦਰ ਇੱਕ ਪ੍ਰਾਈਵੇਟ ਐਂਬੂਲੈਂਸ ਖੜੀ ਸੀ ਜਿਸ ਦੇ ਵਿੱਚ ਅਚਾਨਕ ਅੱਗ ਲੱਗੀ ਹੈ। ਗਨੀਮਤ ਰਹੀ ਕਿ ਇਸ ਐਂਬੂਲੈਂਸ ਦੇ ਵਿੱਚ ਕੋਈ ਵੀ ਮਰੀਜ਼ ਨਹੀਂ ਸੀ, ਨਹੀਂ ਤਾਂ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰ ਸਕਦਾ ਸੀ। ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਇਸ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਹਾਲਾਂਕਿ ਇਸ ਮੌਕੇ ਜਦੋਂ ਐਂਬੂਲੈਂਸ ਦੇ ਚਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੱਛਰਾਂ ਨੂੰ ਭਜਾਉਣ ਵਾਲੀ ਜੋ ਅਗਰਬੱਤੀ ਹੈ ਉਹ ਲਗਾਈ ਗਈ ਸੀ, ਉਸਦੀ ਚੰਗਿਆੜੀ ਦੇ ਨਾਲ ਇਹ ਅੱਗ ਲੱਗੀ ਹੈ। ਪਰ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਚਾਲਕ ਗੱਡੀ ਦੇ ਅੰਦਰ ਹੀ ਬੈਠ ਕੇ ਐਂਬੂਲੈਂਸ ਦੇ ਅੰਦਰ ਹੀ ਬੈਠ ਕੇ ਬੀੜੀ ਪੀ ਰਿਹਾ ਸੀ। ਬੀੜੀ ਦੀ ਚੰਗਿਆੜੀ ਦੇ ਨਾਲ ਐਂਬੂਲੈਂਸ ਦੇ ਅੰਦਰ ਅੱਗ ਲੱਗ ਗਈ। ਹਾਲਾਂਕਿ ਹੈਰਾਨੀ ਵਾਲੀ ਗੱਲ ਇਹ ਰਹੀ ਹੈ ਕਿ ਇਸ ਐਂਬੂਲੈਂਸ ਦੇ ਵਿੱਚ ਕੋਈ ਵੀ ਫਾਇਰ ਸਿਸਟਮ ਵੀ ਜੋ ਹੈ ਫਾਇਰ ਸੇਫਟੀ ਸਿਸਟਮ ਕੋਈ ਵੀ ਨਹੀਂ ਸੀ ਲੱਗਾ ਹੋਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਪਰ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਕਸਰ ਕਿਹਾ ਜਾਂਦਾ ਹੈ ਕਿ ਜੋ ਪ੍ਰਾਈਵੇਟ ਐਂਬੂਲੈਂਸ ਦੀਆਂ ਗੱਡੀਆਂ ਨੇ ਉਹ ਵੀ ਸਿਵਲ ਹਸਪਤਾਲ ਦੇ ਅੰਦਰ ਜਾ ਕੇ ਖੜੀ ਹੁੰਦੀਆਂ ਨੇ, ਜਦਕਿ ਅਜਿਹੀ ਕੋਈ ਵੀ ਪਰਮਿਸ਼ਨ ਇਹਨਾਂ ਦੇ ਕੋਲ ਨਹੀਂ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਹਸਪਤਾਲ ਦੇ ਮੁਲਾਜ਼ਮ ਨੇ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਪ੍ਰਾਈਵੇਟ ਐਂਬੂਲੈਂਸ ਗੱਡੀਆਂ ਅੰਦਰ ਜਾ ਕੇ ਖੜੀ ਹੁੰਦੀਆਂ ਨੇ, ਜਿਸ ਦੇ ਕਾਰਨ ਹੁਣ ਇਹ ਵੱਡਾ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਹਸਪਤਾਲ ਦੇ ਅੰਦਰ ਖੜੀ ਇੱਕ ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਇਹ ਅੱਗ ਲੱਗੀ ਸੀ। ਹਾਲਾਂਕਿ ਮੌਕੇ ਦੇ ਉੱਤੇ ਹੀ ਲੋਕਾਂ ਨੇ ਇਸ ਦੇ ਉੱਤੇ ਕਾਬੂ ਪਾ ਲਿਆ। ਕਛੂਆ ਜਾਪ ਲੱਗਾ ਸੀਗਾ। ਅੱਛਾ, ਉਹ ਨਾ ਇਧਰ ਲੱਗ ਗਈ ਬੇਟਾ, ਅੱਗ ਲੱਗ ਗਈ ਸੀ ਅੰਦਰ। ਅੱਗ ਲੱਗ ਗਈ ਸੀ ਐਂਬੂਲੈਂਸ ਅੰਦਰ। ਆਕਸੀਜਨ ਸਿਲੰਡਰ ਹੀ ਪਿਆ? ਹਾਂ ਪਿਆ। ਤੇ ਸਰ ਲੱਗਦਾ ਨਹੀਂ ਵੱਡਾ ਹਾਦਸਾ ਹੋ ਸਕਦਾ ਸੀ? ਨਹੀਂ ਜੀ ਸਰ, ਸਰ ਆਕਸੀਜਨ ਬਚਾ ਹੋ ਗਿਆ, ਸਿਲੰਡਰ ਫੜਦਾ ਤੇ ਵੱਡਾ ਹਾਦਸਾ ਹੋ ਗਿਆ ਭਾਜੀ। ਹਾਂ ਬਚਾ ਹੋ ਗਿਆ। ਤੇ ਸਰ ਇਹ ਪ੍ਰਾਈਵੇਟ ਹੈ ਸਰਕਾਰੀ ਐਂਬੂਲੈਂਸ? ਪ੍ਰਾਈਵੇਟ ਆ ਭਾਜੀ। ਤੇ ਹਸਪੀਟਲ ਦੇ ਅੰਦਰ ਤੁਸੀਂ ਸਰਕਾਰੀ ਅੰਦਰ ਮਤਲਬ ਤੁਹਾਨੂੰ ਇਜਾਜ਼ਤ ਨਹੀਂ? ਕੋਈ ਗਲਤੀ ਨਹੀਂ ਹੋਈ ਸਾਡੇ? ਨਹੀਂ ਨਹੀਂ, ਮਤਲਬ ਲਾਉਣ ਦੀ ਇਜਾਜ਼ਤ ਹੈ ਤੁਹਾਨੂੰ? ਹੈਗੀ ਹੈ। ਹੈਗੀ ਇਜਾਜ਼ਤ ਪ੍ਰਾਈਵੇਟ? ਠੀਕ ਠੀਕ। ਤੇ ਇਹ ਮਤਲਬ ਰੂਟੀਨ ਸੀ ਲਾਉਂਦੇ ਤੁਸੀਂ ਇੱਥੇ ਐਂਬੂਲੈਂਸ? ਮਤਲਬ ਰੂਟੀਨ ਸੀ ਲਾਉਂਦੇ ਭਾਜੀ? ਹਾਂਜੀ, ਰੋਜ਼ ਲਾਉਂਦੇ ਹੋ? ਰੋਜ਼ ਲਾਉਂਦੇ ਹੋ? ਤੇ ਮਤਲਬ ਐਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ? ਵੱਡੀ ਗੱਲ ਹੀ ਹੈ, ਕਦੇ ਨਹੀਂ ਹੋ ਸਕਦਾ। ਨਹੀਂ ਭਾਜੀ, ਜੇ ਸਿਲੰਡਰ ਫਟੇ ਤਾਂ ਹਾਦਸਾ ਨਹੀਂ ਹੋਊਗਾ, ਕਿਉਂਕਿ ਇੱਥੇ ਸਿਵਲ ਹਸਪਤਾਲ ਹੈ, ਲੋਕ ਆਉਂਦੇ ਨੇ, ਲੋਕ ਬੈਠੇ ਹੁੰਦੇ ਨੇ। ਜੇ ਸਿਲੰਡਰ ਫਟ ਜਾਵੇ, ਗੱਡੀ ਨੂੰ ਅੱਗ ਲੱਗ ਜਾਵੇ, ਬਲਾਸਟ ਹੋ ਜਾਵੇ, ਤੇ ਲੋਕ ਝੁਲਸਣਗੇ ਵਿੱਚ? ਨਹੀਂ ਭਾਜੀ, ਇੱਧਰ ਸਿਲੰਡਰ ਫਟਣ ਲੋਕ ਨਹੀਂ ਝੁਲਸਦੇ, ਲੋਕ ਮਰਦੇ ਨਹੀਂ ਸਿਲੰਡਰ ਫਟਣ ਭਾਜੀ। ਇੱਧਰ ਜੇ ਸਿਲੰਡਰ ਫਟ ਜਾਵੇ, ਤਾਂ ਮੈਂ ਪੁੱਛ ਰਿਹਾ ਭਾਜੀ, ਲੋਕ ਮਰਦੇ ਆ ਨਾ, ਤੇ ਫਿਰ ਹੋਆ ਹਾਦਸਾ ਹੁੰਦਾ ਤੇ ਲੋਕ ਮਰਦੇ? ਹਾਦਸਾ ਹੋ ਸਕਦਾ ਸੀਗਾ? ਨਹੀਂ ਹੋ ਸਕਦਾ ਸੀ ਭਾਜੀ। ਕਿਉਂ ਨਹੀਂ ਹੋ ਸਕਦਾ ਸੀਗਾ? ਆਪਣੀ ਗਲਤੀ ਮੰਨਦੇ? ਅੱਛਾ, ਤੇ ਰੂਟੀਨ ਸਿਰ ਮਤਲਬ ਐਂਬੂਲੈਂਸ ਲੱਗਦੀ ਸਰਕਾਰ?